ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬਹਿ ਗਏ ਇਸ ਕੁਰਸੀ ਤੇ ਬਹਿ ਕੇ ਬਹੁਤ ਵੱਡੇ ਵੱਡਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਤੁਹਾਡਾ ਨਹੀਂ ਹੋਇਆ 1.5 ਸਾਲ ਹੋ ਗਿਆ ਮੈਂ ਕਿਹਾ ਇੱਕ ਫਰਕ ਹੈ ਚ ਫਰਕ ਇਹ ਹੈ ਜਿਹੜੇ ਪਹਿਲਾਂ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਮੈਨੂੰ ਕੋਈ ਦੌਲਤਾਂ ਸ਼ੋਹਰਤਾਂ ਦੀ ਲੋੜ ਨਹੀਂ ਕਿਸੇ ਅਖਬਾਰ 'ਚ ਜਾਂ ਕਿਸੇ ਟੀ ਵੀ 'ਤੇ ਆਪਣੀ ਫੋਟੋ ਛਪਾਉਣ ਦਾ ਚਾਅ ਨਹੀਂ ਸਿਰਫ ਚਾਅ ਹੈ ਤਾਂ ਜਨੂੰਨ ਹੈ ਤਾਂ ਲੋਕਾਂ ਵਾਸਤੇ ਕੰਮ ਕਰਨ ਦਾ ਕਿ ਇਸੇ ਜਨਮ 'ਚ ਜੇ ਕਿਤੇ ਕੰਮ ਆ ਜਾਈਏ ਪੰਜਾਬੀਆਂ ਦੇ ਇਦੂ ਵੱਡਾ ਪੁੰਨ ਕੀ ਹੋ ਸਕਦਾ ਇੱਥੇ ਨਰਕ ਸੁਰਗ ਨੇ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ 'ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਉਹ ਸੁਪਨੇ ਲੈ ਕੇ ਚੱਲੇ ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਡਿਗਰੀ ਮੁਤਾਬਕ ਉਹਨਾਂ ਦੇ ਅਹੁਦੇ ਦੇਣਾ ਉਹਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਵਿੱਚ ਵਪਾਰ ਇੰਨਾ ਜ਼ਿਆਦਾ ਵਧੀਆ ਹੋਵੇ ਕਿ ਪੰਜਾਬ ਨੰਬਰ 1 ਬਣ ਜਾਵੇ ਉਹ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਦੀ ਭਲਾਈ ਹੋਵੇ ਉਹਨਾਂ ਦੀਆਂ ਫਸਲਾਂ ਵਿਕਣ MSP 'ਤੇ ਵਿਕਣ ਉਹ ਭੰਗੜੇ ਪਾਉਂਦੇ ਜਾਣ ਮੰਡੀਆਂ 'ਚੋਂ ਉਹ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਸੁਪਨਾ ਉਹ ਨਹੀਂ ਹੁੰਦਾ ਜਿਹੜਾ ਨੀਂਦ 'ਚ ਆਉਂਦਾ ਸੁਪਨਾ ਉਹ ਹੁੰਦਾ ਜਿਹੜਾ ਸੌਣ ਨਹੀਂ ਦਿੰਦਾ ਵੱਡੇ ਸੁਪਨੇ ਲੈਣੇ ਚਾਹੀਦੇ